ਰਣਜੀਤ ਸਿੰਘ ਗਰਚਾ ਵਾਰਡ ਨੰਬਰ 30 ਤੋਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜ ਰਿਹਾ ਹਾਂ। ਇੱਥੇ ਵਾਟਰ ਸਪਲਾਈ, ਸੀਵਰੇਜ ਬੋਰਡ, ਸੜਕਾਂ ਦਾ ਬਹੁਤ ਬੁਰਾ ਹਾਲ ਆ। ਪਿਛਲੇ 5 ਸਾਲ ਦੇ ਵਿੱਚ ਇੱਥੇ ਕੁਛ ਨਹੀਂ ਹੋਇਆ। ਸ਼ਾਂਤੀ ਨਗਰ, ਹਰਗੋਬਿੰਦ ਨਗਰ ਦੇ ਵਿੱਚ ਮੈਂ ਜਾ ਕੇ ਜਿੱਦਾਂ ਲੋਕਾਂ ਨੂੰ ਮਿਲਿਆ, ਉੱਥੇ ਬਹੁਤ ਬੁਰਾ ਹਾਲ ਆ। ਪਾਣੀ, ਕਾਲਾ ਪਾਣੀ ਪੀਣ ਨੂੰ ਮਿਲ ਰਿਹਾ ਲੋਕਾਂ ਨੂੰ, ਬਿਲਕੁਲ ਬਹੁਤ ਗਲੀ ਗਲੀ ਪਾਣੀ। ਯਾਨੀ ਕਿ ਮੇਨ ਇੱਥੇ ਪਾਣੀ ਦੀ ਸਪਲਾਈ ਦੀ ਪ੍ਰੋਬਲਮ ਚੱਲ ਰਹੀ, ਬਹੁਤ ਜ਼ਿਆਦਾ ਪ੍ਰੋਬਲਮ। ਉਸ ਤੋਂ ਇਲਾਵਾ ਇੱਥੇ ਹੋਰ ਕਿਸ ਚੀਜ਼ ਦੀ ਵੱਡੀ ਪ੍ਰੋਬਲਮ ਹੈ ਸਰ? ਇੱਥੇ ਸੜਕਾਂ ਟੁੱਟੀਆਂ ਹੋਈਆਂ ਨੇ, ਗੱਡੀਆਂ ਦੇ ਚੈਂਬਰ ਟੁੱਟ ਰਹੇ ਨੇ। ਦੇਖੋ ਤੁਸੀਂ ਗਲੀ ਗਲੀ ਜਾ ਕੇ ਦੇਖੋ ਕਿੰਨੇ ਗੋਡੇ ਗੋਡੇ ਪਾਣੀ ਖੜਾ ਜੀ। ਤੁਹਾਡਾ ਮੇਨ ਮੁੱਦਾ ਕੀ ਰਹੇਗਾ ਇਲੈਕਸ਼ਨ ਜਿੱਤਣ ਤੋਂ ਬਾਅਦ ਸਰ? ਸਭ ਤੋਂ ਪਹਿਲ ਦੇ ਆਧਾਰ 'ਤੇ ਕਿਹੜੇ ਕੰਮ ਕਰ? ਸਾਡਾ ਵਿਕਾਸ ਕਰਨਾ ਹੀ ਇਹ ਮੁੱਦਾ ਰਹੂਗਾ ਜੀ। ਨਹੀਂ, ਪਹਿਲ ਦੇ ਆਧਾਰ 'ਤੇ ਜਦ ਤੁਸੀਂ ਜਿੱਤੋ ਤਾਂ ਸਭ ਤੋਂ ਪਹਿਲਾਂ ਕੰਮ ਕੀ ਹੋਏਗਾ, ਕੀ ਠੀਕ ਕਰ ਦੇਣੀ? ਅਸੀਂ ਗਲੀਆਂ ਦਾ ਆਹ ਪਹਿਲਾਂ ਸੜਕਾਂ ਬਣਵਾਵਾਂਗੇ। ਪਹਿਲਾਂ ਆਪਣਾ ਵਾਟਰ ਸਪਲਾਈ ਦਾ ਕੰਮ, ਜਿਹੜਾ ਲੋਕਾਂ ਨੂੰ ਪਾਣੀ ਗੰਦਾ ਮਿਲ ਰਿਹਾ ਪਹਿਲਾਂ ਤਾਂ ਉਹਦਾ ਅਸੀਂ ਕਰਾਂਗੇ। ਅਸੀਂ ਸ਼ਾਂਤੀ ਨਗਰ ਦੇ ਵਿੱਚ ਮੇਅਰ ਸਾਹਿਬ ਦੇ ਹੁੰਦੇ ਹੋਏ ਵੀ, ਇਹ ਜਸਪਾਲ ਸਿੰਘ ਗਰਚਾ ਦੇ ਗਿਆਸਪੁਰਾ ਦੇ ਜਿਹੜੇ ਪਿਤਾ ਜੀ ਸੀ ਮੇਅਰ ਸੀਗੇ ਪਹਿਲਾਂ, ਉਹਦੇ ਹਲਕੇ ਦੇ ਵਿੱਚ ਜਦ ਮੇਅਰ ਹੁੰਦੇ ਹੋਏ ਵੀ ਇੰਨੀਆਂ ਬਿਮਾਰੀਆਂ ਫੈਲਦੀਆਂ ਨੇ, ਅੱਜ ਤੱਕ ਉਹਨਾਂ ਦਾ ਕੋਈ ਇਲਾਜ ਨਹੀਂ ਹੋਇਆ। ਮੈਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਇੱਥੇ ਕਾਂਗਰਸ ਪਾਰਟੀ ਨੂੰ ਜਿਤਾਓ, ਤਾਂ ਕਿ ਅਸੀਂ ਆਪਣਾ ਮੇਅਰ ਬਣਾ ਸਕੀਏ, ਤਾਂ ਕਿ ਹਲਕੇ ਦੇ ਵਿਕਾਸ ਕਰਾ ਚੁੱਕੇ। ਸਭ ਤੋਂ ਵੱਡੀ ਜਿਹੜੀ ਗੱਲ ਹੈ ਇੱਥੇ ਨੇਚਰ ਗਰਚਾ ਸਾਹਿਬ ਦਾ, ਜਿਹੜੀ ਸਭ ਤੋਂ ਮੇਨ ਗੱਲ ਹੈ। ਦੂਸਰੀ ਗੱਲ ਹੈ ਜਿਹੜੇ ਵਿਕਾਸ ਦੀ ਗੱਲ ਹੋਈ ਹੈ, ਵਿਕਾਸ ਅੱਜ ਤੱਕ ਜੋ ਪਹਿਲਾਂ ਇਹਨਾਂ ਨੇ ਕੀਤਾ ਉਹਦਾ ਰਿਕਾਰਡ ਅੱਜ ਤੱਕ ਇਸ ਤੋਂ ਨਹੀਂ ਟੁੱਟਿਆ, ਔਰ ਸਾਨੂੰ ਦੁਬਾਰਾ ਉਮੀਦ ਆ ਕਿ ਉਸ ਤੋਂ ਵਧੀਆ ਇਹ ਕੰਮ ਕਰਨਗੇ, ਕਿਉਂਕਿ ਕਾਂਗਰਸ ਪਾਰਟੀ ਦੀ ਸਰਕਾਰ ਹੈ। ਕਾਂਗਰਸ ਦਾ ਪਾਰਟੀ ਦਾ ਜੋ ਮੇਅਰ ਬਣੂਗਾ ਅਤੇ ਸਾਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਂਗਰਸ ਪੂਰੀ ਸਪੋਰਟ ਮਿਲੂਗੀ, ਅਤੇ ਅਸੀਂ ਪੂਰੇ ਵਾਰਡ ਦਾ ਇਹ ਵਿਕਾਸ ਕਰਨਗੇ। ਸਿਹਤ ਪੱਖੋਂ ਸਹੂਲਤਾਂ, ਜੋ ਗਲੀਆਂ ਨਾਲੀਆਂ ਦੀ ਸਹੂਲਤ ਹੈ, ਪੜ੍ਹਾਈ ਦੀ, ਹਰ ਪਾਸਿਓਂ ਇਹ ਪੂਰੀ ਖੁੱਲ੍ਹ ਕੇ ਸਾਨੂੰ ਉਮੀਦ ਹੈ ਇਹਨਾਂ ਤੋਂ, ਜਿੱਦਾਂ ਪਹਿਲਾਂ ਇਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਆ, ਉਸ ਤੋਂ ਵੱਧ ਚੜ੍ਹ ਕੇ ਸਾਡੀ ਸੇਵਾ ਕਰਨਗੇ। ਅਸੀਂ ਆਪਣੇ ਵਾਰਡ ਦੇ ਸੂਝਵਾਨ ਵੋਟਰਾਂ ਨੂੰ, ਨੌਜਵਾਨ ਵੀਰਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਸਰਦਾਰ ਸ਼ੇਰ ਸਿੰਘ ਗਰਚਾ ਨੂੰ ਇਸ ਵਾਰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ, ਤਾਂ ਜੋ ਆਪਾਂ ਸਾਰੇ ਰਲ ਮਿਲ ਕੇ ਆਪਣੇ ਇਲਾਕੇ ਦਾ, ਆਪਣੇ ਵਾਰਡ ਦਾ ਵਧੀਆ ਤਰੀਕੇ ਨਾਲ ਵਿਕਾਸ ਕਰਵਾ ਸਕੀਏ। ਧੰਨਵਾਦ।